ਸਵਾਗਤ ਕੀਤਾ ਜਾਂਦਾ ਜੀ ਤੁਹਾਡੇ ਆਪਣੇ ਚੈਨਲ ਹਾਈ ਫਾਈ ਗਿਆਨ ਸਟੱਡੀ ਦੇ ਵਿੱਚ। ਮੈਂ ਹਾਂ ਅੰਦਰ ਆਪਾਂ ਪੜ੍ਹ ਰਹੇ ਹਾਂ ਜੀ ਵੈਦਿਕਾਰਾਂ ਨੂੰ। ਵੈਦਿਕਾਰਾਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੇ ਪੜ੍ਹਿਆ ਸੀਗਾ ਰਗਵੈਦਿਕ ਕਾਲ ਨੂੰ। ਅੱਜ ਦੀ ਆਪਣੀ ਵੀਡੀਓ ਦਾ ਟੌਪਿਕ ਹੈ ਜੀ ਉੱਤਰ ਵੈਦਿਕ ਕਾਲ, ਯਾਨੀ ਕਿ ਲੇਟਰ ਵੈਦਿਕ ਪੀਰੀਅਡ। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਲੇਟਰ ਵੈਦਿਕ ਪੀਰੀਅਡ ਨੂੰ ਪੂਰੀ ਡਿਟੇਲ ਦੇ ਵਿੱਚ ਪੜ੍ਹਾਂਗੇ, ਤਾਂ ਜੋ ਇਹ ਟੌਪਿਕ ਹੈਗਾ ਇੱਕ ਵੀਡੀਓ ਦੇ ਵਿੱਚ ਹੀ ਕਵਰ ਹੋ ਜਾਵੇ। ਤਾਂ ਇਹ ਜਿਹੜੀ ਵੀਡੀਓ ਥੋੜ੍ਹੀ ਜਿਹੀ ਲੰਬੀ ਹੋ ਸਕਦੀ ਹੈ, ਤਾਂ ਚਲੋ ਦੇਖ ਦੇਂਗੇ ਵੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਕੀ ਪੜ੍ਹਨਾ। ਤਾਂ ਅੱਜ ਆਪਾਂ ਪੜ੍ਹਨਾ ਮੈਂ ਉੱਤਰ ਵੈਦਿਕ ਕਾਲ ਦੇ ਸਰੋਤਾਂ ਦੇ ਬਾਰੇ, ਖੇਤਰ ਦੇ ਬਾਰੇ, ਰਾਜਨੀਤਿਕ ਸਥਿਤੀ ਦੇ ਬਾਰੇ, ਸਮਾਜਿਕ ਸਥਿਤੀ ਦੇ ਬਾਰੇ, ਆਰਥਿਕ ਸਥਿਤੀ ਦੇ ਬਾਰੇ, ਧਾਰਮਿਕ ਸਥਿਤੀ ਦੇ ਬਾਰੇ ਅਤੇ ਉੱਤਰ ਵੈਦਿਕ ਕਾਲ ਦੇ ਵਿੱਚ ਕਲਾ ਕਿਹੋ ਜਿਹੀ ਹੁੰਦੀ ਸੀ, ਇਹਦੇ ਬਾਰੇ ਅੱਜ ਆਪਾਂ ਪੂਰੀ ਡਿਟੇਲ 'ਚ ਪੜ੍ਹਾਂਗੇ। ਤਾਂ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਦੇਖ ਦੇਂਗੇ ਵੀ ਉੱਤਰ ਵੈਦਿਕ ਕਾਲ ਪੀਰੀਅਡ ਦਾ ਜਿਹੜਾ ਟਾਈਮ ਸੀਗਾ ਉਹ ਕਿੰਨਾ ਸੀਗਾ। ਤਾਂ ਉਹ ਸੀਗਾ 1000 ਤੋਂ 600 BC ਤੱਕ ਦਾ। ਹੁਣ ਪੜ੍ਹਦੇ ਹਾਂ ਕਿ ਸਰੋਤਾਂ ਨੂੰ। ਤਾਂ ਉੱਤਰ ਵੈਦਿਕ ਕਾਲ ਦੀ ਸਭਿਅਤਾ ਦੀ ਜਾਣਕਾਰੀ ਸਾਨੂੰ 3 ਵੇਦਾਂ, ਯਜੁਰਵੇਦ, ਸਾਮਵੇਦ, ਅਥਰਵੇਦ ਅਤੇ ਬ੍ਰਾਹਮਣ ਗ੍ਰੰਥ ਉਪਨਿਸ਼ਦ ਆਦਿ ਤੋਂ ਸਾਨੂੰ ਮਿਲਦੀ ਹੈ। ਮਤਲਬ ਇਹਨਾਂ ਲਿਖਤਾਂ ਤੋਂ ਸਾਨੂੰ ਜਿਹੜੀ ਹੈਗੀ ਉੱਤਰ ਵੈਦਿਕ ਕਾਲ ਦੀ ਜਿਹੜੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਹੁਣ ਤੁਹਾਨੂੰ ਪਤਾ ਹੀ ਹੈਗਾ ਵੀ ਜਿਹੜਾ ਇੱਕ ਵੇਦ ਸੀਗਾ ਰਿਗਵੇਦ ਉਹ ਰਿਗਵੈਦਿਕ ਕਾਲ ਦੇ ਵਿੱਚ ਲਿਖਿਆ ਗਿਆ ਸੀ, ਤਾਂ ਜਿਹੜੇ ਬਾਕੀ 3 ਵੇਦ ਸੀਗੇ ਉਹ ਇਸ ਕਾਲ ਦੇ ਵਿੱਚ ਹੀ ਲਿਖੇ ਗਏ ਸੀਗੇ। ਹੁਣ ਗੱਲ ਕਰਦੇ ਹਾਂ ਕਿ ਖੇਤਰ ਦੀ। ਤਾਂ ਉੱਤਰ ਵੈਦਿਕ ਕਾਲ ਦੀ ਸਭਿਅਤਾ ਪੂਰੇ ਪੰਜਾਬ ਤੇ ਕੁਰੂਕਸ਼ੇਤਰ ਤੱਕ ਫੈਲ ਗਈ ਸੀਗੀ। ਪਹਿਲਾਂ ਇਹ ਥੋੜੇ ਏਰੀਏ 'ਚ ਹੁੰਦੇ ਸੀਗੇ ਇਹਨਾਂ ਦਾ, ਫਿਰ ਜਦੋਂ ਉੱਤਰ ਵੈਦਿਕ ਕਾਲ ਦਾ ਸਮਾਂ ਆਉਂਦਾ ਇਹਨਾਂ ਦਾ ਖੇਤਰ ਹੈਗਾ ਉਹ ਵੱਧ ਜਾਂਦਾ ਵਾ। ਮਤਲਬ ਸਰਸਵਤੀ ਨਦੀ ਤੋਂ ਗੰਗਾ ਨਦੀ ਦੇ ਦੁਆਬ ਤੱਕ ਫੈਲੀ ਹੋਈ ਸੀਗੀ ਇਹ ਜਿਹੜੀ ਇਹਨਾਂ ਦੀ ਸਭਿਅਤਾ ਸੀਗੀ। ਇਸ ਕਾਲ ਸਮੇਂ ਲੋਹੇ ਦੀ ਜਿਹੜੀ ਖੋਜ ਹੋ ਚੁੱਕੀ ਸੀ, ਇਸ ਲਈ ਲੇਟਰ ਵੈਦਿਕ ਪੀਰੀਅਡ ਨੂੰ ਜਾਂ ਉੱਤਰ ਵੈਦਿਕ ਕਾਲ ਨੂੰ ਲੋਹੇ ਯੁੱਗ ਦੀ ਸਭਿਅਤਾ ਵੀ ਕਿਹਾ ਜਾਂਦਾ। ਹੁਣ ਦੇਖਦੇ ਹਾਂ ਜੀ ਰਾਜਨੀਤਿਕ ਸਥਿਤੀ ਨੂੰ। ਜਿਵੇਂ ਰਿਗਵੈਦਿਕ ਕਾਲ ਦੇ ਵਿੱਚ ਆਪਾਂ ਨੇ ਦੇਖਿਆ ਵੀ ਰਾਜਾ ਨੂੰ ਰਾਜਨ ਕਿਹਾ ਜਾਂਦਾ ਸੀ, ਇਵੇਂ ਹੀ ਉੱਤਰ ਵੈਦਿਕ ਕਾਲ ਦੇ ਵਿੱਚ ਰਾਜਾ ਨੂੰ ਸਮਰਾਟ ਦੇ ਨਾਂ ਨਾਲ ਜਾਣਿਆ ਜਾਂਦਾ ਸੀਗਾ। ਉੱਤਰ ਵੈਦਿਕ ਕਾਲ ਦੇ ਵਿੱਚ ਜਿਹੜਾ ਸਮਰਾਟ ਹੈਗਾ ਉਹ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੁੰਦਾ, ਕਿਉਂਕਿ ਆਪਾਂ ਨੇ ਰਿਗਵੈਦਿਕ ਕਾਲ ਦੇ ਵਿੱਚ ਦੇਖਿਆ ਸੀਗਾ ਵੀ ਜਿਹੜਾ ਰਾਜਨ ਹੁੰਦਾ ਸੀ ਉਸ ਨੂੰ ਸਭਾ ਤੇ ਸਮਿਤੀ ਇਹ ਜਿਹੜੀਆਂ ਸਲਾਹਕਾਰ ਸੰਸਥਾਵਾਂ ਸੀ ਉਹਨਾਂ ਤੋਂ ਸਲਾਹ ਲੈਣੀ ਪੈਂਦੀ ਸੀ। ਪਰੰਤੂ ਉੱਤਰ ਵੈਦਿਕ ਕਾਲ ਦੇ ਵਿੱਚ ਰਾਜਾ ਇਹ ਸਲਾਹ ਨਹੀਂ ਲੈਂਦਾ ਸੀਗਾ, ਮਤਲਬ ਆਪਣੀ ਮਰਜ਼ੀ ਦੇ ਨਾਲ ਜਿਹੜੇ ਫੈਸਲੇ ਲੈ ਲੈਂਦਾ ਸੀਗਾ। ਇਸ ਕਾਲ ਦੇ ਵਿੱਚ ਖੇਤਰੀ ਰਾਜਾਂ ਦਾ ਉਥਾਨ ਹੋਇਆ, ਜਿਹੜੇ ਮਤਲਬ ਖੇਤਰੀ ਰਾਜ ਸੀਗੇ ਜਿਵੇਂ ਕਬੀਲਿਆਂ ਦੇ ਰਾਜ ਸੀਗੇ ਉਹਨਾਂ ਦਾ ਜਿਹੜਾ ਉਥਾਨ ਹੋਇਆ। ਕਬੀਲਿਆਂ ਦੇ ਸ਼ਾਸਨ ਕਰਨ ਵਾਲਾ ਰਾਜਾ ਹੁਣ ਉਸ ਪ੍ਰਦੇਸ਼ ਤੇ ਸ਼ਾਸਨ ਕਰਨ ਲੱਗਾ। ਪਹਿਲਾਂ ਜਿਹੜਾ ਕਬੀਲੇ ਦਾ ਸਰਦਾਰ ਹੁੰਦਾ ਸੀ ਉਹ ਕਬੀਲੇ ਤੇ ਰਾਜ ਕਰਦਾ ਸੀ, ਉਦੋਂ ਬਾਅਦ ਉਹ ਖੇਤਰਾਂ ਬਣਾ ਲੈਂਦਾ ਵਾ, ਆਪਣੇ ਖੇਤਰਾਂ ਦੇ ਉੱਤੇ ਰਾਜ ਕਰਨਾ ਸ਼ੁਰੂ ਕਰ ਦਿੰਦਾ ਵਾ। ਰਾਸ਼ਟਰ ਸ਼ਬਦ ਜੋ ਪ੍ਰਦੇਸ਼ ਦਾ ਸੂਚਕ ਹੈ ਉਹ ਵੀ ਇਸ ਕਾਲ ਦੇ ਵਿੱਚ ਹੀ ਨਿਕਲਿਆ ਹੈ, ਮਤਲਬ ਇਸੇ ਕਾਲ ਦੇ ਵਿੱਚ ਹੀ ਰਾਸ਼ਟਰ ਸ਼ਬਦ ਦੀ ਜਿਹੜੀ ਉਤਪਤੀ ਹੋਈ ਆ। ਅੱਗੇ ਦੇਖਦੇ ਹਾਂ ਜੀ ਰਾਸੂ ਯੱਗ ਕਰਕੇ ਰਾਜਾ ਦਾ ਜਿਹੜਾ ਰਾਜ ਅਭਿਸ਼ੇਕ ਕੀਤਾ ਜਾਂਦਾ ਸੀ, ਮਤਲਬ ਇੱਕ ਯੱਗ ਹੁੰਦਾ ਸੀ ਰਾਸੂ ਉਹ ਕਰਦੇ ਸੀਗੇ, ਉਦੋਂ ਬਾਅਦ ਜਿਹੜਾ ਰਾਜਾ ਦਾ ਰਾਜ ਅਭਿਸ਼ੇਕ ਕੀਤਾ ਜਾਂਦਾ ਸੀ, ਮਤਲਬ ਉਸਨੂੰ ਰਾਜਾ ਬਣਾ ਦਿੱਤਾ ਜਾਂਦਾ ਸੀ। ਇਸ ਦੀ ਜਾਣਕਾਰੀ ਹੈ ਜਿਹੜੀ ਉਹ ਸਾਨੂੰ ਸਤਪਤ ਬ੍ਰਾਹਮਣ ਤੋਂ ਮਿਲਦੀ ਹੈ। ਸਤਪਤ ਬ੍ਰਾਹਮਣ ਲਿਖਿਆ ਗਿਆ ਵਾ ਜੀ ਯਜੁਰਵੇਦ ਦੇ ਵਿੱਚ। ਰਾਜਾ ਦੀ ਮਦਦ ਕਰਨ ਵਾਸਤੇ 12 ਰਤਨੀ ਹੁੰਦੇ ਸਨ। 12 ਰਤਨੀ ਦਾ ਮਤਲਬ 12 ਵਿਅਕਤੀ ਜੋ ਰਾਜਾ ਦੀ ਸਹਾਇਤਾ ਕਰਦੇ ਸੀਗੇ। ਨਿਆਂ ਦਾ ਕੰਮ ਰਾਜੇ ਦਾ ਹੁੰਦਾ ਸੀਗਾ। ਇਸ ਕਾਲ ਦੇ ਵਿੱਚ ਬ੍ਰਾਹਮਣ ਨੂੰ ਮੌਤ ਦੀ ਸਜ਼ਾ ਨਹੀਂ ਹੋ ਸਕਦੀ ਸੀਗੀ, ਵੀ ਬ੍ਰਾਹਮਣ ਸੀਗਾ ਜਿਹੜਾ ਉਹ ਕੋਈ ਵੀ ਕਰਮ ਕਾਂਡ ਕਰੇ ਉਸਨੂੰ ਫਾਂਸੀ ਜਾਂ ਮੌਤ ਦੀ ਸਜ਼ਾ ਨਹੀਂ ਹੋ ਸਕਦੀ ਸੀ, ਹੋਰ
ਸਜ਼ਾ ਸਜ਼ਾ ਤਾਂ ਵੈਸੇ ਹੁੰਦੀ ਨਹੀਂ ਸੀਗੀ ਇਸ ਕਾਲ ਦੇ ਵਿੱਚ, ਬ੍ਰਾਹਮਣਾਂ ਨੂੰ ਕਿਹੜਾ ਸਜ਼ਾ ਦਿੰਦਾ ਸੀਗਾ, ਉਹਨਾਂ ਨੂੰ ਆਖਦਾ ਸੀਗਾ ਬ੍ਰਾਹਮਣ ਨੂੰ ਮਾਰਾਂਗੇ ਪਾਪ ਚਲੂਗਾ। ਬਲੀਕਰਨ ਜੋ ਰਗਵੈਦ ਕਾਲ ਦੇ ਸਮੇਂ ਲੋਕ ਰਾਜੇ ਨੂੰ ਆਪਣੀ ਮਰਜ਼ੀ ਦੇ ਨਾਲ ਦਿੰਦੇ ਸੀਗੇ, ਉਹ ਇਸ ਕਾਲ ਦੇ ਵਿੱਚ ਆ ਕੇ ਉਹ ਨਿਸ਼ਚਿਤ ਹੋ ਜਾਂਦਾ ਵਾ, ਇੱਕ ਵਟਾ 16 ਭਾਗ ਆ ਜਿਹੜਾ ਇਹ ਕਰ ਨਿਸ਼ਚਿਤ ਕਰ ਦਿੱਤਾ ਜਾਂਦਾ ਵਾ, ਮਤਲਬ ਇੱਕ ਭਾਗ ਦਾ 16 ਹਿੱਸਾ ਰਾਜਾ ਨੂੰ ਤੁਸੀਂ ਦੇਣਾ ਹੀ ਦੇਣਾ ਹੈ, ਇਹ ਚੀਜ਼ ਨੂੰ ਨਿਸ਼ਚਿਤ ਕਰਤਾ ਸੀ। ਪਹਿਲਾਂ ਸੀਗਾ ਬਲੀ ਵੀ ਆਪਣੀ ਮਰਜ਼ੀ ਦੇ ਨਾਲ ਤੁਸੀਂ ਦਿੰਦੇ ਸੀਗੇ, ਕਿਸੇ ਨੇ 100 ਦਿੱਤਾ, 50 ਦਿੱਤਾ, ਕਿਸੇ ਨੇ 1000 ਦਿੱਤਾ, ਇੱਕਣ ਹੁੰਦਾ ਸੀਗਾ, ਮਤਲਬ ਕਰੰਸੀ ਤਾਂ ਉਹ ਹੁੰਦੀ ਨਹੀਂ ਸੀਗੀ, ਆਪਦੇ ਅਨੁਸਾਰ ਜਿੰਨਾ ਕੁ ਉਹਨਾਂ ਕੋਲ ਧਨ ਹੁੰਦਾ ਸੀ ਉਹ ਦੇ ਦਿੰਦੇ ਸੀਗੇ, ਕਿਸੇ ਵੀ ਰੂਪ 'ਚ ਹੋ ਸਕਦਾ ਉਹ ਧਨ। ਅੱਗੇ ਦੇਖਦੇ ਹਾਂ ਜੀ, ਜਿਵੇਂ ਇਸ ਕਾਲ ਦੇ ਵਿੱਚ ਪੰਡਿਤ ਨੂੰ ਕੀ ਕਿਹਾ ਜਾਂਦਾ ਸੀਗਾ, ਪੁਰੋਹਿਤ, ਸੈਨਾ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ, ਸੈਨਾਪਤੀ, ਰੱਥ ਚਲਾਉਣ ਵਾਲੇ ਨੂੰ ਸਾਰਥੀ ਜਾਂ ਸੁੱਤਾ ਕਿਹਾ ਜਾਂਦਾ ਸੀਗਾ, ਤੇ ਖਜ਼ਾਨਚੀ ਨੂੰ ਕਿਹਾ ਜਾਂਦਾ ਸੀਗਾ ਸੰਗ੍ਰਹਿਤਾ, ਖੇਡਣ ਵਾਲੇ ਨੂੰ ਕਿਹਾ ਜਾਂਦਾ ਸੀ ਅਕਸਫਾ, ਟੈਕਸ ਇਕੱਠਾ ਕਰਨ ਵਾਲਾ ਹੁੰਦਾ ਸੀ ਭਾਗਲੁਖਾ, ਰਾਜਾ ਦਾ ਜਿਹੜਾ ਲੜਕਾ ਹੁੰਦਾ ਸੀਗਾ ਉਹ ਹੁੰਦਾ ਸੀ ਯੁਵਰਾਜ, ਤੇ ਰਾਜੇ ਦਾ ਜਿਹੜਾ ਮਿੱਤਰ ਹੁੰਦਾ ਸੀਗਾ ਉਹ ਹੁੰਦਾ ਸੀਗਾ ਪਾਲਾ ਗਾਲਾ, ਅਤੇ ਜੰਗਲ ਦਾ ਮੁਖੀ ਹੁੰਦਾ ਸੀਗਾ ਗੋਬੀ ਕਾਤਾ, ਛੱਤਰੀ ਹੁੰਦਾ ਸੀ ਜਿਹੜਾ ਉਹ ਹੁੰਦਾ ਸੀਗਾ ਗੇਟਮੈਨ। ਇਸ ਕਾਲ ਦੇ ਵਿੱਚ ਇਹ ਜਿਹੜੇ ਨਾਂ ਨੇਗੇ ਵੱਖ ਵੱਖ ਵੀ ਕਿਹਨੂੰ ਕੀ ਕਿਹਾ ਜਾਂਦਾ ਸੀਗਾ। ਅੱਗੇ ਦੇਖਦੇ ਹਾਂ ਜੀ ਸਮਾਜਿਕ ਸਥਿਤੀ ਦੇ ਬਾਰੇ, ਤਾਂ ਉੱਤਰ ਵੈਦਿਕ ਕਾਲ ਦੀ ਜਿਹੜੀ ਸਮਾਜਿਕ ਵਿਵਸਥਾ ਸੀਗੀ ਉਹ ਪੂਰੀ ਤਰ੍ਹਾਂ ਵਰਨ ਵਿਵਸਥਾ ਤੇ ਆਧਾਰਿਤ ਸੀਗੀ, ਤੇ ਇਸ ਕਾਲ ਦੇ ਵਿੱਚ ਵਰਨ ਵਿਵਸਥਾ ਕਰਮ ਦੇ ਆਧਾਰ ਤੇ ਨਾ ਹੋ ਕੇ ਜਨਮ ਦੇ ਆਧਾਰ ਤੇ ਹੋ ਗਈ ਸੀਗੀ। ਪਹਿਲਾਂ ਕਰਮ ਦੇ ਆਧਾਰ ਤੇ ਹੁੰਦੀ ਸੀਗੀ ਵਰਨ ਵਿਵਸਥਾ, ਵੀ ਜੇ ਕੋਈ ਬ੍ਰਾਹਮਣ ਵਾਲਾ ਕੰਮ ਕਰਦਾ ਵਾ, ਪੰਡਿਤਾਂ ਵਾਲਾ ਕੰਮ ਕਰਦਾ ਤਾਂ ਉਹ ਪੰਡਿਤ, ਜੇ ਕੋਈ ਲੜਾਈ ਦਾ ਕੰਮ ਕਰਦਾ ਉਹ ਹੋ ਜਾਂਦਾ ਛੱਤਰੀ, ਜੇ ਕੋਈ ਵਪਾਰ ਕਰਦਾ ਸੀ ਜਾਂ ਕਿਸੇ ਵੀ ਜਾਤੀ ਦਾ ਬੰਦਾ ਹੋ ਸਕਦਾ ਸੀ, ਉਹ ਹੁੰਦਾ ਸੀਗਾ ਉਸ ਜਾਤੀ ਦੇ ਵਿੱਚ ਚਲਾ ਜਾਂਦਾ ਸੀ ਕਰਮ ਦੇ ਅਨੁਸਾਰ। ਪਰੰਤੂ ਜਦੋਂ ਉੱਤਰ ਵੈਦਿਕ ਕਾਲ ਆਉਂਦਾ ਵਾ, ਇਹ ਫਿਰ ਜਿਹੜੀ ਹੈਗੀ ਜਨਮ ਦੇ ਆਧਾਰ ਤੇ ਵਰਨ ਵਿਵਸਥਾ ਸ਼ਿਫਟ ਹੋ ਜਾਂਦੀ ਹੈਗੀ। ਜਿਵੇਂ ਬ੍ਰਾਹਮਣ ਦਾ ਮੁੰਡਾ ਬ੍ਰਾਹਮਣ ਹੋਵੇਗਾ, ਖੱਤਰੀ ਦਾ ਮੁੰਡਾ ਖੱਤਰੀ ਹੋਵੇਗਾ, ਵੈਸ਼ ਦਾ ਮੁੰਡਾ ਵੈਸ਼ ਹੋਵੇਗਾ, ਤੇ ਸ਼ੂਦਰ ਦਾ ਮੁੰਡਾ ਸ਼ੂਦਰ ਹੋਵੇਗਾ। ਇਸ ਕਾਲ 'ਚ ਬ੍ਰਾਹਮਣ ਪੁਰੋਹਿਤ ਹੁੰਦਾ ਸੀ, ਜਿਹੜਾ ਛੱਤਰੀ ਹੁੰਦਾ ਸੀ ਉਹ ਯੋਧਾ ਹੁੰਦਾ ਸੀਗਾ, ਵੈਸੇ ਹੁੰਦੇ ਸੀਗੇ ਵਪਾਰੀ, ਤੇ ਸ਼ੂਦਰ ਹੁੰਦਾ ਸੀਗਾ ਇਹਨਾਂ ਤਿੰਨਾਂ ਦਾ ਨੌਕਰ, ਮਤਲਬ ਇਹਨਾਂ ਤਿੰਨਾਂ ਦੀ ਸੇਵਾ ਕਰਨ ਵਾਲਾ ਹੁੰਦਾ ਸੀ ਸ਼ੂਦਰ। ਇਹ ਹੁੰਦੇ ਸੀਗੇ ਉੱਚੀ ਜਾਤ 'ਚ, ਤੇ ਸ਼ੂਦਰ ਹੁੰਦੇ ਸੀ ਨੀਵੀਂ ਜਾਤ 'ਚ। ਗੋਤਰ ਜਾਂ ਗੋਤ ਸ਼ਬਦ ਦੀ ਵਰਤੋਂ ਵੀ ਸਭ ਤੋਂ ਪਹਿਲਾਂ ਇਸ ਕਾਲ ਦੇ ਵਿੱਚ ਹੀ ਹੋਈ ਸੀ, ਜਿਸਦਾ ਜ਼ਿਕਰ ਸਾਨੂੰ ਰਿਗਵੇਦ ਦੇ ਵਿੱਚ ਮਿਲਦਾ। ਜੇਕਰ ਇਹਦਾ ਰਿਗਵੇਦ ਦੇ ਵਿੱਚ, ਪਰ ਇਹਦੀ ਵਰਤੋਂ ਜਾਣੀ ਕਿ ਰਿਗਵੇਦ ਦੇ ਵਿੱਚੋਂ ਇਹ ਸ਼ਬਦ ਦੀ ਉੱਤਰ ਵੈਦਿਕ ਕਾਲ ਦੇ ਵਿੱਚ ਹੋਈ ਸੀ ਗੋਤਰ ਸ਼ਬਦ ਦੀ। ਐਤਰੇ ਬ੍ਰਾਹਮਣ 'ਚ ਇਹਨਾਂ ਚਾਰਾਂ ਜਾਤਾਂ ਦੇ ਕਰਮਾਂ ਦੇ ਬਾਰੇ ਲਿਖਿਆ ਗਿਆ ਵਾ, ਜਿਹੜੀਆਂ ਵਰਨ ਵਿਵਸਥਾ ਦੇ ਵਿੱਚ ਚਾਰ ਜਾਤਾਂ ਨੇ ਉਹਨਾਂ ਦੇ ਕਰਮਾਂ ਦੇ ਬਾਰੇ ਐਤਰੇ ਬ੍ਰਾਹਮਣ ਦੇ ਵਿੱਚ ਲਿਖਿਆ ਗਿਆ ਵਾ। ਇਸ ਦੇ ਵਿੱਚ ਕੇਵਲ ਵੈਸਿਆ ਜਿਹੜਾ ਉਹੀ ਕਰ ਦਿੰਦਾ ਸੀ ਕਰਮਾਂ ਦੇ ਅਨੁਸਾਰ, ਵੈਸੇ ਸੀਗਾ ਉਹ ਕਰ ਦਿੰਦਾ ਸੀ, ਤੇ ਬ੍ਰਾਹਮਣ ਤੇ ਖੱਤਰੀ ਸੀਗੇ ਜਿਹੜੇ ਉਹ ਵੈਸੇ ਦੁਆਰਾ ਜਿਹੜੇ ਦਿੱਤਾ ਗਿਆ ਕਰ ਸੀਗਾ ਉਹਦੇ ਉੱਤੇ ਹੀ ਪਲਦੇ ਸੀਗੇ, ਮਤਲਬ ਬ੍ਰਾਹਮਣਾਂ ਨੇ ਤੇ ਖੱਤਰੀਆਂ ਨੇ ਕੁਛ ਨਹੀਂ ਕਰਨਾ ਸੀਗਾ, ਇਹਨਾਂ ਨੇ ਜਿਹੜਾ ਵਪਾਰੀ ਸੀ ਵੈਸੇ ਉਹਦੇ ਦੁਆਰਾ ਜਿਹੜਾ ਦਿੱਤਾ ਗਿਆ ਪੈਸਾ ਸੀ ਉਹਦੇ ਉੱਤੇ ਹੀ ਪਲਦੇ ਸੀਗੇ, ਉਹਦੇ ਜਾਣੀ ਕਿ ਟੁਕੜਿਆਂ ਤੇ ਪਲਦੇ ਸੀਗੇ। ਇਸ ਕਾਲ 'ਚ ਇਸਤਰੀਆਂ ਦੀ ਸਥਿਤੀ ਜਿਹੜੀ ਹੈ ਉਹ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈਗੀ, ਕਿਉਂਕਿ ਆਪਾਂ ਨੇ ਪਿੱਛੇ ਪੜਿਆ ਵਾ ਸਿੰਧੂ ਘਾਟੀ ਦੀ ਸਭਿਅਤਾ ਤੇ ਰਿਗਵੈਦਿਕ ਕਾਲ ਦੇ ਵਿੱਚ ਜਿਹੜੀ ਇਸਤਰੀਆਂ ਦੀ ਸਥਿਤੀ ਸੀਗੀ ਉਹ ਚੰਗੀ ਸੀਗੀ, ਜਿਹੜੇ ਫੈਸਲੇ ਸੀਗੇ ਉਹ ਇਸਤਰੀਆਂ ਦੇ ਨਾਲ ਮਿਲ ਕੇ ਲਏ ਜਾਂਦੇ ਸੀਗੇ, ਪਰੰਤੂ ਉੱਤਰ ਵੈਦਿਕ ਕਾਲ ਦਾ ਸਮਾਂ ਆਉਣ ਤੱਕ ਜਿਹੜੀ ਇਸਤਰੀਆਂ ਦੀ ਸਥਿਤੀ ਸੀਗੀ ਉਹ ਡਾਮਾਡੋਲ ਹੋਣ ਲੱਗ ਜਾਂਦੀ ਹੈਗੀ। ਇਹਦੇ ਵਿੱਚ ਕੀ ਹੁੰਦਾ ਵਾ ਵੀ ਜਿਹੜੀ ਔਰਤ ਹੈਗੀ ਉਹ ਕਿਸੇ ਵੀ ਸਭਾ ਦੇ ਵਿੱਚ ਹਿੱਸਾ ਨਹੀਂ ਲੈ ਸਕਦੀ,
ਉਹ ਆਪਣੇ ਪਿਤਾ ਦੀ ਸੰਪਤੀ ਤੇ ਕੋਈ ਵੀ ਅਧਿਕਾਰ ਨਹੀਂ ਰੱਖ ਸਕਦੀ। ਇਹ ਚੀਜ਼ਾਂ ਸੀਗੀਆਂ ਉੱਤਰ ਵੈਦਿਕ ਕਾਲ ਦੇ ਸਮੇਂ ਆਉਣ ਤੱਕ ਹੋ ਗਈਆਂ ਸੀਗੀਆਂ, ਕਿਉਂਕਿ ਇਸ ਕਾਲ ਦੇ ਵਿੱਚ ਜਿਹੜਾ ਮਰਦ ਪ੍ਰਧਾਨ ਸਮਾਜ ਬਣ ਜਾਂਦਾ। ਇਸ ਕਾਲ ਦੇ ਵਿੱਚ ਚਾਰ ਆਸ਼ਰਮਾਂ ਦਾ ਵੀ ਜ਼ਿਕਰ ਮਿਲਦਾ ਜਾਵਾ ਲੋਕਨਿਸ਼ਦ ਚ। ਚਾਰ ਆਸ਼ਰਮ ਕਿਹੜੇ ਕਿਹੜੇ ਸੀਗੇ? ਬ੍ਰਹਮਚਾਰੀ, ਗ੍ਰਹਿਸਥ, ਬਾਨਪ੍ਰਸਥ ਅਤੇ ਸੰਨਿਆਸ। ਬ੍ਰਹਮਚਾਰੀ ਦਾ ਮਤਲਬ ਹੁੰਦਾ ਸੀਗਾ ਵੀ ਵਿਆਹ ਤੋਂ ਪਹਿਲਾਂ ਦੀ ਉਮਰ ਦੇ ਵਿੱਚ ਜੋ ਵੀ ਵਿਅਕਤੀ ਆ ਉਹ ਬ੍ਰਹਮਚਾਰੀ ਹੈਗਾ, ਤੇ ਵਿਆਹ ਤੋਂ ਬਾਅਦ ਉਹ ਐਂਟਰ ਕਰ ਜਾਂਦਾ ਵਾ ਗ੍ਰਹਿਸਥ ਜੀਵਨ ਦੇ ਵਿੱਚ। ਜਦੋਂ 45-50 ਸਾਲਾਂ ਦਾ ਹੁੰਦਾ ਤਾਂ ਉਹਦੀ ਬਾਨਪ੍ਰਸਥ ਅਵਸਥਾ ਆ ਜਾਂਦੀ ਆ, ਪਰ ਜਦੋਂ ਉਹ ਵਿਅਕਤੀ ਮਰਨ ਦੇ ਬਿਲਕੁਲ ਕਰੀਬ ਹੁੰਦਾ ਤਾਂ ਉਹ ਸੰਨਿਆਸ ਅਵਸਥਾ ਦੇ ਵਿੱਚ ਚਲਾ ਜਾਂਦਾ। ਇਹ ਜਿਹੜੀਆਂ ਧਾਰਮਿਕ ਸਥਿਤੀ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਗੱਲਾਂ ਸੀਗੀਆਂ। ਹੁਣ ਦੇਖਦੇ ਹਾਂ ਜੀ ਆਰਥਿਕ ਸਥਿਤੀ ਨੂੰ। ਤਾਂ ਆਰਥਿਕ ਸਥਿਤੀ ਦੇ ਵਿੱਚ ਕੀ ਹੁੰਦਾ ਵਾ ਵੀ ਇਸ ਕਾਲ ਦੇ ਵਿੱਚ ਪਸ਼ੂ ਪਾਲਣ ਦੀ ਥਾਂ ਤੇ ਖੇਤੀਬਾੜੀ ਸੀਗਾ ਜਿਹੜਾ ਇਹ ਮੁੱਖ ਧੰਦਾ ਬਣ ਗਿਆ ਸੀਗਾ। ਰਗਵੈਦ ਕਾਲ ਦੇ ਵਿੱਚ ਆਪਾਂ ਨੇ ਦੇਖਿਆ ਵੀ ਉਹਨਾਂ ਦਾ ਜਿਹੜਾ ਮੁੱਖ ਧੰਦਾ ਸੀਗਾ ਉਹ ਪਸ਼ੂ ਪਾਲਣਾ ਸੀ, ਪਰ ਉੱਤਰ ਵੈਦਿਕ ਕਾਲ ਦੇ ਵਿੱਚ ਆ ਕੇ ਇਹ ਕੰਮ ਉਲਟ ਹੋ ਜਾਂਦਾ, ਇਹ ਮੁੱਖ ਧੰਦਾ ਅਪਣਾਉਂਦੇ ਨੇ ਖੇਤੀਬਾੜੀ ਨੂੰ। ਖੇਤੀਬਾੜੀ ਦੀਆਂ ਇਹਨਾਂ ਦੀਆਂ ਚਾਰ ਵਿਧੀਆਂ ਸੀਗੀਆਂ, ਜੁਤਾਈ, ਬਿਜਾਈ, ਕਟਾਈ ਤੇ ਮੰਡਾਈ। ਇਸ ਦਾ ਜਿਹੜਾ ਉਲੇਖ ਹੈਗਾ ਸਾਨੂੰ ਸਤਪਤ ਬ੍ਰਾਹਮਣ ਦੇ ਵਿੱਚ ਦੇਖਣ ਨੂੰ ਮਿਲਦਾ ਵਾ। ਇਸ ਕਾਲ 'ਚ ਖੇਤੀਬਾੜੀ ਲਈ ਲੋਹੇ ਦੇ ਬਣੇ ਔਜ਼ਾਰਾਂ ਦੀ ਵਰਤੋਂ ਕੀਤੀ ਜਾਣੀ ਸ਼ੁਰੂ ਹੋ ਗਈ ਸੀਗੀ। ਯਜੁਰਵੇਦ ਵਿੱਚ ਇਸ ਕਾਲ ਦੇ ਲੋਹੇ ਨੂੰ ਕੀ ਕਿਹਾ ਗਿਆ? ਸ਼ਿਆਮ ਆਯਾਸ ਕਿਹਾ ਗਿਆ ਵਾ। ਇਸ ਕਾਲ 'ਚ ਫਸਲਾਂ ਦੀ ਜਿਹੜੀ ਸੰਖਿਆ ਗੀ ਉਹ ਵੀ ਵਧਣੀ ਸ਼ੁਰੂ ਹੋ ਗਈ ਸੀ। ਪਹਿਲਾਂ ਘੱਟ ਫਸਲਾਂ ਬੀਜੀਆਂ ਜਾਂਦੀਆਂ ਸੀਗੀਆਂ, ਹੁਣ ਨਵੀਂ ਹੋਰ ਫਸਲਾਂ ਨਿਕਲਣ ਲੱਗ ਗਈ ਸੀ, ਮਤਲਬ ਹੋਰ ਫਸਲਾਂ ਦੇ ਬਾਰੇ ਵੀ ਇਹਨਾਂ ਨੂੰ ਜਾਣਕਾਰੀ ਹੋ ਗਈ ਸੀਗੀ। ਕਾਲ ਦੀ ਮੁੱਖ ਫਸਲ ਸੀਗੀ। ਇਸ ਕਾਲ ਦੇ ਲੋਕ ਕਪਾਹ ਦੀ ਫਸਲ ਦਾ ਕੋਈ ਵੀ ਗਿਆਨ ਨਹੀਂ ਰੱਖਦੇ ਸੀਗੇ, ਉਹਨਾਂ ਨੂੰ ਉੱਨ ਦੀ ਵਰਤੋਂ ਕਰਨੀ ਆਉਂਦੀ ਸੀਗੀ, ਮਤਲਬ ਇਹਨਾਂ ਨੂੰ ਕਪਾਹ ਦੀ ਫਸਲ ਦੇ ਬਾਰੇ ਕੋਈ ਪਤਾ ਨਹੀਂ ਸੀ। ਚਾਵਲ ਇਹਨਾਂ ਦੀ ਮੁੱਖ ਫਸਲ ਸੀ, ਉੱਨ ਦੀ ਇਹ ਵਰਤੋਂ ਕਰਦੇ ਸੀਗੇ। ਲੋਹੇ ਦੇ ਬਣੇ ਔਜ਼ਾਰਾਂ ਦਾ ਖੇਤੀਬਾੜੀ ਦੇ ਵਿੱਚ ਪ੍ਰਯੋਗ ਕੀਤਾ ਗਿਆ, ਇਸਦੇ ਜਿਹੜੇ ਸਬੂਤ ਨੇਗੇ ਸਾਨੂੰ ਅਤਰੰਜੀ ਖੇੜਾ ਤੋਂ ਮਿਲਦੇ ਨੇਗੇ। ਇਸ ਕਾਲ 'ਚ ਵਪਾਰ ਲਈ ਪਨ ਨਾਂ ਦੀ ਜਿਹੜੀ ਕਰੰਸੀ ਸੀਗੀ ਉਹ ਵਰਤੀ ਜਾਂਦੀ ਸੀਗੀ। ਘਰੇਲੂ ਤੌਰ 'ਤੇ ਵਰਤੀਆਂ ਜਾਂਦੀਆਂ ਕਰੰਸੀਆਂ ਕਿਹੜੀਆਂ ਕਿਹੜੀਆਂ ਸੀਗੀਆਂ? ਉਹ ਸੀਗੀ ਨਿਸਕ, ਸਤਮਾਨ, ਕ੍ਰਿਸ਼ਨਲ ਅਤੇ ਪਾਲ। ਇਹ ਨਾਂ ਦੀਆਂ ਜਿਹੜੀਆਂ ਕਰੰਸੀਆਂ ਸੀਗੀਆਂ ਘਰੇਲੂ ਵਰਤੋਂ ਲਈ ਵਰਤੀਆਂ ਜਾਂਦੀਆਂ ਸੀਗੀਆਂ। ਧਾਤੂਆਂ ਦਾ ਪ੍ਰਯੋਗ ਹੋਣਾ ਸ਼ੁਰੂ ਹੋ ਗਿਆ ਸੀਗਾ, ਜਿਵੇਂ ਧਾਤੂਆਂ ਨੂੰ ਪਿਘਲਾ ਕੇ ਕੋਈ ਹੋਰ ਸਮਾਨ ਬਣਾ ਕੇ, ਜਾਣੀ ਕਿ ਉਦਯੋਗ ਧੰਦਾ ਸੀਗਾ ਜਿਹੜਾ ਉਹ ਇਸ ਕਾਲ ਦੇ ਵਿੱਚ ਸਥਾਪਿਤ ਹੋਣਾ ਸ਼ੁਰੂ ਹੋ ਗਿਆ ਸੀਗਾ। ਹੁਣ ਦੇਖਦੇ ਹਾਂ ਜੀ ਧਾਰਮਿਕ ਸਥਿਤੀ ਨੂੰ। ਤਾਂ ਧਾਰਮਿਕ ਸਥਿਤੀ ਦੇ ਵਿੱਚ ਕੀ ਆਉਂਦਾ ਵਾ ਵੀ ਉੱਤਰ ਵੈਦਿਕ ਕਾਲ ਦੇ ਵਿੱਚ ਅਗਨੀ ਅਤੇ ਇੰਦਰ ਦੀ ਦੇਵਤਾ ਦੀ ਜਿਹੜੀ ਮਾਨਤਾ ਸੀਗੀ ਉਹ ਬਹੁਤ ਘੱਟ ਗਈ ਸੀਗੀ, ਕਿਉਂਕਿ ਰਗਵੈਦ ਕਾਲ ਦੇ ਵਿੱਚ ਇਹ ਸਭ ਤੋਂ ਮੰਨੇ ਪ੍ਰਮੰਨੇ ਉੱਪਰਲੇ ਦੇਵਤੇ ਹੁੰਦੇ ਸੀਗੇ, ਅਗਨੀ ਦੇਵਤਾ ਅਤੇ ਇੰਦਰ ਦੇਵਤਾ। ਪਰ ਇਸ ਕਾਲ ਦੇ ਵਿੱਚ ਇਹਨਾਂ ਦੀ ਜਿਹੜੀ ਮਾਨਤਾ ਘੱਟ ਜਾਂਦੀ ਹੈਗੀ। ਇਸ ਕਾਲ ਦੇ ਵਿੱਚ ਸਭ ਤੋਂ ਵੱਧ ਮਹੱਤਤਾ ਪ੍ਰਜਾਪਤੀ ਨੂੰ ਮਿਲਣ ਲੱਗ ਜਾਂਦੀ ਹੈ। ਪ੍ਰਜਾਪਤੀ ਹੈ ਜਿਹੜਾ ਉਹ ਸਭ ਤੋਂ ਉੱਪਰਲਾ ਦੇਵਤਾ ਹੋ ਜਾਂਦਾ ਵਾ। ਪ੍ਰਜਾਪਤੀ ਦਾ ਮਤਲਬ ਹੁੰਦਾ ਪੂਰੇ ਸੰਸਾਰ ਦਾ ਸਿਰਜਣਹਾਰ। ਇਸ ਕਾਲ 'ਚ ਦੋ ਹੋਰ ਵੀ ਦੇਵਤੇ, ਰੁਦਰ ਜਿਹਨੂੰ ਪਸ਼ੂਆਂ ਦਾ ਦੇਵਤਾ ਅਤੇ ਵਿਸ਼ਨੂੰ ਜਿਹੜਾ ਲੋਕਾਂ ਦਾ ਪਾਲਣਹਾਰ ਸੀਗਾ, ਇਹਨਾਂ ਦੀ ਵੀ ਜਿਹੜੀ ਮਾਨਤਾ ਸੀਗੀ ਉਹ ਵੱਧ ਗਈ ਸੀਗੀ, ਪਰ ਸਭ ਤੋਂ ਜਿਹੜਾ ਉੱਪਰ ਸੀਗਾ ਉਹ ਪ੍ਰਜਾਪਤੀ ਹੀ ਸੀਗਾ। ਇਸ ਕਾਲ 'ਚ ਪੁਨਰ ਜਨਮ ਦਾ ਜਿਹੜਾ ਸਿਧਾਂਤ ਆ ਉਹ ਸਤਪਤ ਬ੍ਰਾਹਮਣ ਦੇ ਵਿੱਚ ਲਿਖਿਆ ਗਿਆ ਵਾ। ਰਗਵੈਦਿਕ ਕਾਲ ਦੇ ਵਿੱਚ ਜੋ ਪੂਸ਼ਣ ਦੇਵਤਾ ਸੀਗਾ ਉਹ ਪਸ਼ੂਆਂ ਦਾ ਦੇਵਤਾ ਹੁੰਦਾ ਸੀਗਾ, ਪਰੰਤੂ ਇਸ ਕਾਲ ਦੇ ਵਿੱਚ ਆ ਕੇ ਉਹ ਸੂਦਰਾਂ ਦਾ ਦੇਵਤਾ ਹੋ ਜਾਂਦਾ ਵਾ। ਅਤੇ ਇਸ ਕਾਲ ਦੇ ਵਿੱਚ ਹੀ ਦੋ ਮਹਾਂਕਾਵਿ ਲਿਖੇ ਗਏ ਸੀਗੇ, ਰਮਾਇਣ ਅਤੇ ਮਹਾਂਭਾਰਤ। ਇਹਨਾਂ ਦੀ ਰਚਨਾ ਉੱਤਰ ਵੈਦਿਕ ਕਾਲ ਦੇ ਸਮੇਂ ਹੀ ਹੋਈ ਸੀਗੀ। ਹੁਣ ਦੇਖਦੇ ਹਾਂ ਜੀ ਮਿੱਟੀ ਦੇ ਭਾਂਡਿਆਂ ਦੇ ਬਾਰੇ ਜਾਂ ਕਲਾ ਦੇ ਬਾਰੇ। ਤਾਂ ਇਸ ਕਾਲ ਦੇ ਵਿੱਚ ਚਾਰ ਤਰ੍ਹਾਂ ਦੇ ਜਿਹੜੇ ਮਿੱਟੀ ਦੇ ਭਾਂਡੇ ਸੀਗੇ ਉਹ ਬਣਾਏ ਜਾਂਦੇ ਸੀਗੇ। ਇੱਕ ਸੀਗੇ
ਹੁਣ ਦੇਖਦੇ ਹਾਂ ਜੀ ਮਿੱਟੀ ਦੇ ਭਾਂਡਿਆਂ ਜਾਂ ਕਲਾ ਦੇ ਬਾਰੇ। ਤਾਂ ਇਸ ਪੀਰੀਅਡ ਦੇ ਵਿੱਚ ਚਾਰ ਤਰ੍ਹਾਂ ਦੇ ਮਿੱਟੀ ਦੇ ਭਾਂਡੇ ਬਣਾਏ ਜਾਂਦੇ ਸੀਗੇ। ਪਹਿਲਾ ਸੀਗਾ ਬਲੈਕ ਰੈੱਡ ਵੇਅਰ, ਦੂਸਰਾ ਸੀਗਾ ਬਲੈਕ ਸਪੈਲਡ ਵੇਅਰ, ਤੀਸਰਾ ਸੀਗਾ ਪੇਂਟਡ ਗ੍ਰੇ ਵੇਅਰ, ਅਤੇ ਚੌਥਾ ਸੀਗਾ ਰੈੱਡ ਵੇਅਰ, ਮਤਲਬ ਲਾਲ ਭਾਂਡੇ। ਜਿਹੜੇ ਲਾਲ ਭਾਂਡੇ ਹੁੰਦੇ ਸੀਗੇ ਉਹ ਵਰਤਦੇ ਸੀਗੇ ਆਮ ਲੋਕ, ਕਿਉਂਕਿ ਇਸ ਦੇ ਜਿਹੜੇ ਜ਼ਿਆਦਾ ਸਬੂਤ ਨੇਗੇ ਦੇਖਣ ਨੂੰ ਮਿਲਦੇ ਨੇ। ਜਿਹੜੇ ਜੇ ਪੇਂਟਡ ਗ੍ਰੇ ਵੇਅਰ ਸੀਗੇ ਇਹ ਖਾਸ ਲੋਕ ਵਰਤਦੇ ਹੋਣਗੇ, ਅੰਦਾਜ਼ਾ ਲਾਇਆ ਜਾਂਦਾ ਵੀ ਇਹ ਖਾਸ ਲੋਕ ਵਰਤਦੇ ਹੋਣ, ਕਿਉਂਕਿ ਇਹਦੇ ਜਿਹੜੇ ਸਬੂਤ ਨੇਗੇ ਉਹ ਕਿਸੇ ਕਿਸੇ ਥਾਂ ਦੇ ਉੱਤੇ ਦੇਖਣ ਨੂੰ ਮਿਲਦੇ ਨੇਗੇ। ਤਾਂ ਇਹ ਸੀਗੀ ਜੀ ਅੱਜ ਦੀ ਆਪਣੀ ਵੀਡੀਓ, ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਆ। ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨ, ਅਤੇ ਇਸ ਤਰ੍ਹਾਂ ਦੀ ਹੋਰ ਐਜੂਕੇਸ਼ਨਲ ਵੀਡੀਓ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਹਾਈ ਫਾਈ ਐਗਜ਼ਾਮ ਸਟੱਡੀ ਨੂੰ